ਹਾਂਜੀ ਇਸ ਲੌਂਗਰ ਨੂੰ ਮੈਂ ਆਦਮਾਲ ਤੁਸੀਂ ਦੇਖ ਰਹੇ ਹੋ ਬਿਜਲੀਆ ਵੀ ਲੋ ਜੀ ਮੈਂ ਅੱਜ ਤੁਹਾਡੀ ਵੀਡੀਓ ਲੈ ਕੇ ਆਇਆ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ 600 ਯੂਰੋ ਦੇ ਜਿਹੜਾ ਬੰਦੋਸ ਹੈ ਉਹਦਾ ਜਿਹੜਾ ਬੰਕ ਕਮਿਊਨੀਕੇਸ਼ਨ ਜਿਹੜੀ ਪਹਿਲੇ ਤਿਆਰ ਨਹੀਂ ਸੀ ਰਹੀ ਹੈ ਵੀ ਇੰਪਸ ਦੀ ਤਰਫੋਂ ਜਿਹੜੀ ਹੁਣ ਆਈ ਹੋ ਤਾਂ ਕੀ ਮਕਸਦ ਹੈ ਔਰ ਉਹਦੇ ਦੁਲਾਵਾ ਜਿਹੜੇ ਬੰਦੇ ਜਿਹੜੇ ਬੰਦਿਆਂ ਨੂੰ ਮੈਰਿਜ ਦੇ ਪੈਸੇ ਆਏ ਨੇ ਉਹ ਕਿ ਉਹਨਾਂ ਨੂੰ ਅਪ੍ਰੈਲ ਦੇ ਆਟੋਮੈਟਿਕਲੀ ਆਉਣਗੇ ਜਾਂ ਕੀ ਤਰੀਕਾਕਾਰ ਹੋਵੇਗਾ ਔਰ ਉਹਦੇ ਪਹਿਲੇ ਮੈਂ ਆਪਣੇ ਸਾਰੇ ਦੋਸਤ ਯਾਰਾਂ ਦੋਸਾਂ ਪੈਣਾ ਪਈ ਇਹਨੂੰ ਮੁਬਾਰਕਬਾਦ ਦਿਆਂਗਾ ਕੰਗ੍ਰੈਚੁਲੇਸ਼ਨ ਕਹਾਂਗਾ ਕਿ ਅਸਲ ਵਿੱਚ ਫਾਜ਼ੇਦੂਏ ਸਾਡਾ ਹੁਣ ਸਟਾਰਟ ਹੋ ਰਿਹਾ ਹੈ ਜਿਹੜਾ 4 ਮਈ ਨੂੰ ਫਾਜ਼ੇਦੂਏ ਸਟਾਰਟ ਹੋਇਆ ਸੀ ਉਹਦੀ ਪ੍ਰੋਪਰ ਡੇਟ ਜਿਹੜੀ ਹੈ 18 ਮਈ ਤੋਂ ਸਟਾਰਟ ਹੋ ਰਹੀ ਹੈ ਕਿਉਂਕਿ 4 ਮਈ ਨੂੰ ਕੋਈ ਇਤਨੇ ਕੀ ਸਹੂਲਤਾਂ ਨਹੀਂ ਸੀ ਮਿਲੀਆਂ ਬੰਦੇ ਬੰਦੇ ਜਿਹੜੇ ਖੁੱਲ ਕੇ ਬਾਹਰ ਨਹੀਂ ਸੀ ਨਿਕਲ ਸਕਦੇ ਐ ਵੀ ਪ੍ਰੈਸ਼ਰ ਰਾਈਜ਼ਿੰਗ ਤੇ ਟੈਂਸ਼ਨ ਦੇ ਵਿੱਚ ਰੋ ਲੇਕਿਨ ਹੁਣ ਜਿਹੜਾ ਕਿਉਂਕਿ ਕੇਸਿਸ ਦੀ ਜਿਹੜੀ ਗਿਣਤੀ ਵੀ ਘਟ ਚੁੱਕੀ ਹੈ ਔਰ ਸੇਤਿਆਬ ਹੋਣ ਵਾਲੇ ਬੰਦੇ ਦੀ ਗਿਣਤੀ ਵੀ ਵੱਧ ਚੁੱਕੀ ਹੈ ਔਰ ਸਾਨੂੰ ਸਹੂਲਤਾਂ ਵੀ ਜਿਹੜੀਆਂ ਮਿਲ ਰਹੀਆਂ ਨੇ ਜਿਹੜੇ ਕਿ ਪਬਲਿਕ ਆਫਿਸਿਸ ਵਗੈਰਾ ਉਹ ਖੁੱਲ ਰਹੇ ਨੇ ਇਦੇ ਤੋਂ ਇਲਾਵਾ ਜਿਹੜੇ ਕਿ ਹਮਾਮ ਵਗੈਰਾ ਰੈਸਟੋਰੈਂਟ 바ਰ ਡਿਸਕੋਟੇਕ ਇਹ ਉਹ ਹਰ ਚੀਜ਼ ਲਈ ਹੈ ਕਿ ਹੋ ਰਹੀ ਹੈ ਲੇਕਿਨ ਇਕਵਾਇਦ ਦੇ ਤਹਿਤ ਕੋ ਕਾਨੂੰਨ ਦੇ ਜ਼ਾਬਤੇ ਦੇ ਤਹਿਤ ਓਪਨ ਹੋ ਰਹੇ ਨੇ ਲੇਕਿਨ ਓਪਨ ਤੇ ਹੋ ਰਹੇ ਨੇ ਨਾ ਔਰ ਪਲੱਸ ਵੈਸੇ ਵੀ ਸਾਡੀ ਆਵਾਮ ਸਾਰੀ ਇਤਨੀ ਐਜੂਕੇਟਿਡ ਹੋ ਚੁੱਕੀ ਹੈ ਕੋਵਿਡ-19 ਤੋਂ ਕਿ ਅਸੀਂ ਇੱਕ ਦੂਸਰੇ ਤੋਂ ਵੈਸੇ ਹੀ ਡਿਸਟੈਂਸ ਰੱਖਣ ਲਈ ਤਿਆਰ ਆਂ ਔਰ ਵੈਸੇ ਹੀ ਬੰਦਿਆਂ ਦੇ ਹਰ ਬੰਦੇ ਦੇ ਜੇਬ ਵਿੱਚ ਮਾਸਕ ਵਗੈਰਾ ਹੁੰਦਾ ਤੇ ਇਸ ਲਈ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਸਾਡੇ ਲਈ ਜ਼ਿਆਦਾ ਮੁਸ਼ਕਲ ਨਹੀਂ ਹੋਣ ਲਗਾ ਕਿਉਂਕਿ ਅਵੇਅਰਨੈਸ ਬੰਦਿਆਂ ਵਿੱਚ ਵੈਸੇ ਹੀ ਆ ਚੁੱਕੀ ਹੋਈ ਹੈ ਇਸ ਵਿਵਹਾਰ ਦੇ ਬਾਰੇ ਤੇ ਇਸ ਕਰਕੇ ਸਾਡੇ ਲਈ ਜ਼ਿਆਦਾ ਮੁਸ਼ਕਿਲਾਂਤ ਨਹੀਂ ਹੋਣ ਲਗੀਆਂ ਹੋਣ ਔਰ ਪਲੱਸ ਅੱਧੁਚਰਤਫਿਕਸ਼ਨ ਦੇ ਲੋਡ ਨਹੀਂ ਹੈ ਅੱਧੁਚਰਤਫਿਕਸ਼ਨ ਦੀ ਇਨ ਕੇਸ 'ਚ ਲੋਡ ਹੋਵੇਗੀ ਉਹ ਇਸ ਸੂਰਤ ਵਿੱਚ ਲੋਡ ਹੋਵੇਗੀ ਜੇ ਤੁਸੀਂ ਆਪਣੇ ਰੀਜਨ ਦੇ ਜੁਬਾਰ ਜਾਂਦੇ ਹੋ ਆਪਣੇ ਰੀਜਨ ਵਿੱਚ ਰਹਿੰਦੇ ਹੋ ਆਪਣੇ ਰੀਜਨ ਤੋਂ ਬਾਹਰ ਜਾਣ ਲਈ ਬੇਸਿਕਲੀ ਤੁਹਾਡੇ ਕੋਲ ਇੱਕ ਮਕਸਦ ਹੋਣਾ ਚਾਹੀਦਾ ਇੱਕ ਮੋਟਿਵ ਹੋਣਾ ਚਾਹੀਦਾ ਕਿ ਤੁਸੀਂ ਕਿਉਂ ਜਾਣ ਰਹੇ ਹੋ ਤੁਸੀਂ ਜੇ ਇਨ ਕੇ ਨਾਰਮਲੀ ਕੋਈ ਰੋਕਦਾ ਨਹੀਂ ਹੈ ਜੇ ਕੋਈ ਰੋਕੇ ਤਾਂ ਅਸੀਂ ਜਵਾਬ ਦੇਣੀ ਜੇ ਕੋਈ ਤਾਂ ਹੋਈ ਹੈ ਨਾ ਇਸ ਕਰਕੇ ਜੇ ਤੁਸੀਂ ਆਪਣੇ ਰੀਜਨ ਦੇ ਜੁਬਾਰ ਜਾਂਦੇ ਹੋ ਕੰਮ ਲਈ ਸਿਹਤ ਦੇ ਪ੍ਰੋਬਲਮ ਦੇ ਲਈ ਜਾਂ ਕੋਈ ਹੋਰ ਕੋਈ ਵੀ ਮੋਟਿਵ ਜਿਹੜਾ ਲੀਗਲ ਵਾਇਲਡ ਮੋਟਿਵ ਹੋਵੇ ਤੁਸੀਂ ਸਮਝਦੇ ਵਾਇਲਡ ਹੈ ਜੇ ਕੋਈ ਪੁੱਛੇਗਾ ਸਭ ਕੋ ਜੇ ਪੁੱਛੇ ਤੇ ਫਿਰ ਤੁਸੀਂ ਉਹਨੂੰ ਐਕਸਪਲੇਨ ਕਰ ਸਕੋ ਤੇ ਲੋ ਜੀ ਸਵੇਰ ਨੂੰ ਮੁਬਾਰਕ ਬਾਤ ਤੇ ਤਕਰੀਬਨ ਸਭ ਕੁਝ ਹੀ ਓਪਨ ਹੋ ਰਿਹਾ ਹੈ ਜਿਹੜੀ ਰਹਿੰਦੀ ਘਸਰ ਹੋ ਗਈ ਯੂਰਪੀਅਨ ਯੂਨੀਅਨ ਦੇ ਬਾਰਡਰ ਜਿਹੜੇ ਨੇ ਇਟਲੀਆ ਦੇ ਲਈ ਇਟਾਲੀਅਨ ਦੇ ਤਰਫੋਂ ਇਹ ਇਟਲੀ ਦੀ ਤਰਫੋਂ ਓਪਨ ਹੋ ਜਾਣਗੇ ਬਾਕੀ ਡਿਪੈਂਡ ਕਰਦਾ ਹੈ ਬਾਕੀ ਕੰਟਰੀਜ਼ ਕਦ ਲਾਕਡਾਊਨ ਲਿਫਟ ਕਰਦੀਆਂ ਜੇ ਕਿਸੇ ਜੋ ਜੇ ਕੋਈ ਕੰਟਰੀ ਵਿੱਚ ਐਂਟਰੀ ਨਾਉਣ ਦੇ ਬਾਰੂ ਬੰਦੇ ਤਾਂ ਉਹ ਵਕਰੀ ਗੱਲ ਹੈ ਆਦਰਵਾਇਜ਼ ਇਟਲੀ ਵੈਲਕਮ ਕਹਿ ਦੇਗਾ 2 ਜੂਨ ਤੋਂ ਸਭ ਨੂੰ 25 ਮਈ ਤੋਂ ਪਲੇਸਟਰ वगैरह ਬਿਸ਼ੀਨੇ वगैरह 오픈 ਹੋ ਜਾਣਗੇ ਔਰ 15 ਜੂਨ ਤੋਂ ਬੱਚਿਆਂ ਦੀ ਐਕਟੀਵਿਟੀਜ਼ ਖੇਲ ਦੀ ਐਕਟੀਵਿਟੀਆਂ ਹਰ ਕਿਸਮ ਦੇ ਸਭ ਕੁਝ ਵੀ ਯਾਨੀ ਕਿ ਸੀਨ ਮੇ ਸੈਟਰ ਸਿਨੇਮਾਸ ਔ ਟੀਅਟਰਸ ਵਗੈਰਾ ਜਿਹਨੇ ਸਭ ਤੋਂ ਐਂਡ ਤੇ ਹੁੰਦੇ ਨੇ ਜਦ 15 ਜੂਨ ਨੂੰ ਇਹਦਾ ਐਲਾਨ ਹੋ ਗਿਆ ਵੀ ਓਪਨ ਹੋ ਜਾਣਾ ਤਾਂ ਫਿਰ ਸਮਝੋ ਕਿ ਹਰ ਕਿਸਮ ਦੀ ਪਾਬੰਦੀ ਜਿਵੇਂ ਪਹਿਲੇ ਨਾਰਮਲ ਹਾਲਾਤ ਹਨ 15 ਜੂਨ ਨੂੰ ਸਭ ਕੁਝ ਉਸੇ ਤਰ੍ਹਾਂ ਮਾਹੂਲ ਦੇਮ ਤਬਕਾ ਆ ਜਾਏਗਾ ਲੇਕਿਨ ਕੱਲ ਤੋਂ ਹੀ ਅਸੀਂ ਤਾਂ ਕਰ ਲੋਗੇ 90% ਐਕਟੀਵਿਟੀਆਂ ਜਿਹੜੀਆਂ ਨੇ ਕੱਲ ਤੋਂ ਸਾਰੀਆਂ ਓਪਨ ਹੋ ਜਾਣਗੀਆਂ ਬਾਕੀ ਸਾਡਾ ਕਰ ਲੋ ਕਮਰੇ ਜਿਹਨਾਂ 10% ਜਿਹੜਾ 25 ਤਰੀਕ ਫਿਰ 2 ਤਾਰੀਖ ਔਰ 15 ਤਾਰੀਖ ਸਭ ਕੁਝ ਖਤਮ ਹੋ ਜਾਏਗਾ ਜੇ ਇਸ ਤਰ੍ਹਾਂ ਹੀ ਸਭ ਰੱਬ ਖੈਰ ਕਰੇ ਚੱਲਦਾ ਰਹੇ ਕਿਉਂਕਿ ਸਭ ਤੋਂ ਮੋਸਟ ਇੰਪੋਰਟੈਂਟ ਜੀ ਇਹ ਫਿਰ ਮੈਂ ਦੱਸਾਂਗਾ ਕਿ ਅਵੇਰਨੈਸ ਆ ਗਈ ਇਹ ਬੰਦੇ ਬੰਨਿਆਂ ਨੂੰ ਆਪਣੇ ਤੋਂ ਇੱਕ ਦੂਜੇ ਤੋਂ ਏਹਤਿਆਤੀ ਤਦਬੀਰ ਅਪਣਾਉਣ ਦਾ ਕਰਨ ਦਾ ਬੰਨਿਆਂ ਨੂੰ ਵੱਲ ਆ ਗਿਆ ਇਸ ਕਰਕੇ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਲੋ ਜੀ ਬੋਨਸ ਜਿੰਦ ਤੋਂ ਐਵਰੇਜ ਦਾ ਇੰਪਸ ਰੀਪਿੰਟਾ ਇੰਪਸ ਦੇ ਤਰਫੋਂ ਜਿਹੜਾ ਰੀਪਿੰਟਾ ਹੋਇਆ ਹੈ ਕਿਦਰੇ ਏਰੀਕ ਏ

ਵਨ ਐਜੀਤ ਨੈਗੇਟਿਵ ਹੋ ਲੇਕਿਨ ਇਨਨ ਨੈਗੇਟਿਵ ਕਰ ਦਿੱਤਾ ਗਿਆ ਹੈ ਅਫਸੋਸ ਦੀ ਗੱਲ ਹੈ ਕਿ ਇਤਨੇ ਦੇਰ ਇੰਤਜ਼ਾਰ ਕੀਤਾ ਗਿਆ ਬੰਦੇਆਂ ਦੀ ਤਰਫੋਂ ਕਿਉਂਕਿ 15 ਨੂੰ ਆਉਣਾ ਸੀ ਅਪ੍ਰੈਲ ਨੂੰ ਪੈਸੇ ਲੇਕਿਨ ਇਹ ਪੈਸੇ 15 ਮਈ ਤੋਂ ਬਾਅਦ ਵੀ ਈ ਆ ਸਕੇ ਤੇ ਔਰ ਪਲੱਸ ਬਾਅਦ ਵਿੱਚ ਨੈਗੇਟਿਵ ਕਰ ਦਿੱਤਾ ਗਿਆ ਔਰ ਐਮਪਸ ਦੀ ਤਰਫੋਂ ਇੱਕ ਕਮਿਊਨੀਕੇਸ਼ਨ ਆਈ ਹੈ ਆਫੀਸ਼ੀਅਲੀ ਕਿ ਨਾਟ ਨਲਾ ਉਲਟਿਮੇ ਔਰ ਮੋਲਟੀ ਇਟਾਲੀਅਨ ਇਸਤਾਨੋ ਦੇ ਚੇਵੈਂਡਿਕ ਕਮਿਊਨੀਕੇਸ਼ਨ ਰਿਲੇਟਡ ਬੋਨਸ ਸੈਕੈਂਟੋ ਅਵਰੋ ਇੰਪਸ ਰਿ ਰਿਸਪਿੰਟੋ ਕੈਨ ਵੇ ਰਿ ਇੰਪਸ ਰਿ ਰਿਸਪਿੰਟੋ ਜਿਹਦੀ ਦੀ ਕਮਿਊਨੀਕੇਸ਼ਨ ਆ ਰਹੀ ਹੈ ਬਹੁਤ ਸਾਰੇ ਇਟਾਲੀਅਨਸ ਨੂੰ ਯਾਨੀ ਕਿ ਤਕਰੀਬਨ ਇਹ ਕੋਈ 3 ਕਿਲੋ ਬੰਦੇ ਨੂੰ ਕਮਿਊਨੀਕੇਸ਼ਨ ਆਈ ਹੈ ਕਿ ਜਿਹਨਾਂ ਦੀ ਮੰਗਾਂ ਦੇ ਅਤੇ ਦਾ ਦੇਜੀ ਤੋਂ ਵਿਸ਼ਣ ਉਹਨਾਂ ਦੇ ਮੰਗਾਂ ਦੇ ਜਿਹੜੇ ਨੇ ਉਹ ਫੇਲ ਹੋ ਗਏ ਨੇ ਯਾਨੀ ਕਿ ਉਹਨਾਂ ਨੇਗੇਟਿਵ ਆਗ ਨਹੀਂ ਯਾਨੀ ਕਿ ਉਹਨਾਂ ਦੇ ਦਰਵਾंदे ਕੈਨਸਲ ਹੋ ਗਏ ਨੇ ਔਰ ਕੈਂਸਲ ਹੋਣ ਦੀ ਇਥੇ ਤੁਨੀ ਤਕਲੀਫ ਨਹੀਂ ਹੈ ਤਕਲੀਫ ਅੱਗੂ ਸ਼ੁਰੂ ਹੁੰਦੀ ਹੈ ਕਿ ਤੁਸੀਂ ਕੈਨਸਲ ਹੋ ਗਏ ਨੇ ਔਰ ਤੁਸੀਂ ਇਸ ਮਹੀਨੇ ਵੀ ਕਿਉਂ ਨਹੀਂ ਕਰ ਸਕਦੇ ਬੇਸਿਕਲੀ ਤੁਸੀਂ ਹੱਕ ਨਹੀਂ ਸੀ ਰੱਖਦੇ ਨਾ ਪਿਛਲੀ ਵਾਰੀ ਵੀ ਮਾਰਚ ਦੇ ਦਮਾਂ ਦਾ ਜਦ ਤੁਸੀਂ ਕੀਤਾ ਸੀ ਤੁਸੀਂ ਇਹ ਦਮਾਂ ਦੇ ਦਾ ਹੱਕ ਨਹੀਂ ਸੀ ਰੱਖਦੇ ਇਸ ਕਰਕੇ ਤੁਹਾਡਾ ਦਮਾਂ ਦਾ ਹੋਂ ਨੈਗੇਟਿਵ ਹੋਇਆ ਹੁਣ ਜੈਰੀ ਗੱਲੇ ਜੇ ਪਿਛਲੇ ਹੱਕ ਨਹੀਂ ਸੀ ਰੱਖਦੇ ਹੁਣ ਵੀ ਉਹਨਾਂ ਉਸੇ ਕਾਨੂੰਨ ਦੇ ਅਕੋਰਡਿੰਗ ਹੀ ਤੁਹਾਨੂੰ ਇਹ ਦਮਾਂ ਦੇ ਤੇ ਪੈਸੇ ਦਿੱਤੇ ਜਾਣੇ ਸਨ ਜਿਹੜਾ ਕਿ ਤੁਸੀਂ ਜਿੱਪੇਸ਼ੀ ਦੇ ਮਾਰਚ ਵਿੱਚ ਹੱਕ ਨਹੀਂ ਸੀ ਰੱਖਦੇ ਜੈਰੀ ਗੱਲੇ April ਵੀ ਦੇ ਵਿੱਚ ਵੀ ਹੱਕ ਨਹੀਂ ਰੱਖਦੇ ਇਸ ਕਰਕੇ ਮੈਂ ਆਪਣੇ ਬਲੂਸਲਾਤ ਹੁੰਦਿਆਂਗਾ ਕਿ ਅੱਗੇ ਕਿਤਨੇ ਬੋਨਸ ਆ ਰਹੇ ਨੇ ਦੇ ਤਲਾਵਾ ਤੁਸੀਂ ਪ੍ਰੀਪੇਅਰ ਹੋ ਤਿਆਰ ਰਵੋ ਅਗਲੇ ਕਿਸੇ ਹੋਰ ਬੋਨਸ ਲਈ ਮੰਨ ਲਓ ਕਿ ਫਾਰ ਐਗਜ਼ਾਮਪਲ ਰੈਂਟ ਦੀ ਚੀਜ਼ਾਂ ਦੀ ਰੈਂਟ ਦੀ ਐਮਰਜੈਂਸੀਾਂ ਦੇ ਲਈ ਠੀਕ ਹੈ ਰੈਂਟ ਦੀ ਚੀਜ਼ਾਂ ਦੀ ਨਾਂਜ਼ਾਦ ਵੀ ਕਰ ਸਕਦੇ ਹੋ ਤੁਸੀਂ ਜਿਆਕ ਰੱਖਦੇ ਹੋ ਰੈਂਟ ਦੀ ਐਮਰਜੈਂਸੀ ਆ ਮੋਸਟਲੀ ਬੰਦਿਆਂ ਨੂੰ ਜਿਨ੍ਹਾਂ ਨੂੰ ਇਹ ਨਹੀਂ ਮਿਲ ਰਿਹਾ ਉਹ ਮਿਲਣ ਦੇ ਚਾਂਸਸ ਜ਼ਿਆਦਾ ਨਹੀਂ ਤੇ ਤੁਸੀਂ ਆਪਣੇ ਈਜ਼ੀ ਵਗੈਰਾ ਤਿਆਰ ਕਰੋ ਆਪਣੇ ਆਪਣੇ ਡਾਕੂਮੈਂਟਸ ਪ੍ਰੀਪੇਅਰ ਕਰੋ ਕਿਸੇ ਹੋਰ ਡਾਕੂਮੈਂਟ ਦੇ ਲਈ ਜੇ ਐ ਤੁਹਾਡਾ ਡਾਕੂਮੈਂਟ रिस्पेंड तो हो गया कैंसिल हो गए थे ਤੇ ਇਹ ਨਹੀਂ ਹੈ ਕਿ ਤੁਹਾਨੂੰ ਨਹੀਂ ਪੈਸੇ ਮਿਲੇ ਕਿਸੇ ਨੂੰ ਮਿਲੇ ਮਿਲਣ ਵਾਲ ਮਿਲੇ ਬਹੁਤ ਸਾਰੇ ਬੰਦੇ ਨੂੰ ਨੇ ਥੋੜੇ ਬੰਦਿਆਂ ਦੇ ਕੈਨਸਲ ਹੋਏ ਨੇ ਤੇ ਲੇਕਿਨ ਅਫਸੋਸ ਹੈ ਉਹਨਾਂ ਦੇ ਜਿੰਨਾਂ ਦੇ ਕੈਨਸਲ ਹੋਏ ਨੇ ਲੇਕਿਨ ਤੁਸੀਂ ਅਫਸੋਸ ਕਰਨ ਨਾਲੋਂ ਮੁਨਾਸਬ ਵੇ ਹੈ ਕਿ ਤੁਸੀਂ ਕੋਸ਼ਿਸ਼ ਕਰੋ ਕਿ ਅਗਲੇ ਦਮਨ ਦੇ ਲਈ ਤਿਆਰ ਹੋਣ ਦੀ ਤੇ ਬਾਕੀ ਆਖਰੀ ਗੱਲ ਰਹਿ ਗਈ ਜਿਹੜੇ ਮੈਂ ਕੁਝਦਨ ਮੋਸਟਲੀ ਆਪਣੇ ਯਾਰ ਦੋਸਤ ਭਾਈ ਅਜੇ ਤੁਹਾਨੂੰ ਵੀ ਪੁੱਛਦਣ ਪਏ ਕਿ ਅਗਲਾ ਦਮਨ ਦਾ ਅਗਲੇ ਦਮਨ ਦੇ ਪੈਸੇ ਜਿਹੜੇ ਨੇ ਉਹ ਜਿਹੜੇ ਨੇ ਉਹ ਜੇ ਕੱਲੇ ਜਾਉਣ ਲੱਪੋਣਗੇ 600 ਯੂਰੋ ਔਰ ਇਹ ਆਟੋਮੈਟਿਕਲੀ ਹੋਏਗਾ ਇਹਦੇ ਲਈ ਕੋਈ ਸਿੰਪਲ ਕਲਿੱਕ ਨਹੀਂ ਹੈ ਇਹਦੇ ਲਈ ਕੋਈ ਵੀ ਇੱਕ ਕਲਿੱਕ ਨਹੀਂ ਕਰਨੀ ਕੁਝ ਵੀ ਮੋਡੀਫਿਕੇਸ਼ਨ ਨਹੀਂ ਕਰਨੀ ਜਿਨ੍ਹਾਂ ਨੂੰ 600 ਯੂਰੋ ਦਾ ਦਮੰਦਾ ਪਿਛਲੇ ਮਹੀਨੇ ਆਇਆ ਉਹਨਾਂ ਨੂੰ 600 ਯੂਰੋ ਦਾ ਦਮੰਦਾ ਇਸ ਮਹੀਨੇ ਵੀ ਆਏਗਾ ਜਿਹੜੇ ਜਿਹੜੇ ਆਖਰਕਤੇ ਨੇ ਤੇ ਇਸ ਮਹੀਨੇ 600 ਹੀ ਆਏਗਾ ਕਿਉਂਕਿ ਪਹਿਲੇ ਰੋਲਾ ਪੈ ਰਿਆ ਸੀ ਕਿ 800 ਆਉਣਾ ਹੈ 800 ਬਿਲਕੁਲ ਨਹੀਂ ਆਉਣਾ 600 ਹੀ ਆਏਗਾ ਔਰ ਅਗਲੇ ਮਹੀਨੇ ਕੁਝ ਟਾਈਪ ਦੀ ਕੈਟਾਗਰੀਜ਼ ਨੇ ਜਿਨ੍ਹਾਂ ਨੂੰ 1000 ਯੂਰੋ ਆਏਗਾ ਸਭਾਂ ਨੂੰ 1000 ਨਹੀਂ ਆਏਗਾ ਕੁਝ ਨੂੰ 600 ਆਏਗਾ ਔਰ ਕੁਝ ਨੂੰ 1000 ਆਏਗਾ ਅਗਲੇ ਮਹੀਨੇ ਦਾ ਮੇ ਦਾ April ਦਾ ਸਭਾਂ ਨੂੰ 600 ਹੀ ਆਣਾ ਆਟੋਮੈਟਿਕਲੀ ਰੀਨਿਊ ਹੋ ਜਾਏਗਾ ਠੀਕ ਹੈ ਜੀ ਬਿਨਾ ਕਿਸੇ ਕਿਸਮ ਦੀ ਕਲਿੱਕ ਕੀਤੇ ਆਟੋਮੈਟਿਕਲੀ ਤੁਹਾਨੂੰ ਪੈਸੇ ਮਿਲ ਜਾਣਗੇ ਆ ਜਾਣਗੇ ਤੇ ਆਨਲਾਈਨ ਚੈੱਕ ਕਰਦੇ ਰਹੋ ਕਿ ਤੁਹਾਡੇ ਪੈਸੇ ਆ ਗਏ ਜਾਂ ਫਿਰ ਉਹਦੀ ਡੇਟ ਆ ਗਈ ਹੈ ਜੇ ਤੁਹਾਡੇ ਪੈਸੇ ਆ ਗਏ ਇਸ ਮਹੀਨੇ April ਦੇ ਵੀ ਜਾਂ ਉਹਦੀ ਡੇਟ ਆ ਗਈ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਜੇ ਤੂੰ ਵੀ ਤੁਸੀਂ ਮੇਰੇ ਨਾਲ ਆਏ ਤਾਂ ਉਮੀਦ ਹੈ ਵੀਡੀਓ ਹੈਲਪਫੁਲ ਹੋਵੇਗੀ ਜੇ ਵੀਡੀਓ ਪਸੰਦ ਆਈ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋਗੇ ਬਾਕੀ ਦੀ ਫਾਇਲ ਪੋਸਟ ਕਰਾਂ ਤੇ ਮਿਲਾਂਗੇ ਅਗਲੀ ਵੀਡੀਓ ਵੀ ਤਦ ਤੱਕ ਲਈ ਇਜਾਜ਼ਤ ਦਿਓ ਫਿਰ ਮੰਨ ਲਾ